ਸਵਾਗਤ ਹੈਗਾ ਦੋਸਤੋ ਤੁਹਾਡਾ ਇਸ ਵੀਡੀਓ ਵਿੱਚ। ਅੱਜ ਇਸ ਵੀਡੀਓ ਦੇ ਵਿੱਚ ਤੁਹਾਨੂੰ ਅਸੀਂ ਦੱਸਾਂਗੇ ਕਿ ਫ੍ਰੀ ਫੌਂਟ ਕਿਸੇ ਵਿੰਡੋ ਵਾਸਤੇ ਕਿਵੇਂ ਡਾਊਨਲੋਡ ਮਾਰਨੇ ਨੇ। ਇਹਨਾਂ ਵੈਬਸਾਈਟਾਂ ਦੇ ਪੰਜ ਵੈਬਸਾਈਟਾਂ ਮੈਂ ਇੰਟਰਨੈਟ ਤੋਂ ਲੱਭੀਆਂ ਨੇ, ਜਿਹੜੀਆਂ ਮੈਂ ਤੁਹਾਡੇ ਸਾਹਮਣੇ ਖੋਲ੍ਹ ਕੇ ਰੱਖੀਆਂ ਨੇ। ਹੁਣ ਮੈਂ ਇੱਕ ਇੱਕ ਕਰਕੇ ਸਾਰੀ ਵੈਬਸਾਈਟਾਂ ਨੂੰ ਚਲਾ ਕੇ ਦਿਖਾਉਂਗਾ। ਇਹ ਪਹਿਲੀ ਵੈਬਸਾਈਟ, ਇਹਨੂੰ ਅਸੀਂ ਇੰਟਰਨੈਟ 'ਤੇ ਕਾਪੀ ਕਰਨੇ ਤੁਹਾਨੂੰ ਦਿਖਾਉਂਦੇ ਹਾਂ ਵੀ ਇਹ ਜਿੰਨੀਆਂ ਵੀ ਵੈਬਸਾਈਟਾਂ ਮੈਂ ਲੱਭੀਆਂ ਨੇ ਇਹ ਫ੍ਰੀ ਵੈਬਸਾਈਟਾਂ ਨੇ, ਮਤਲਬ ਫ੍ਰੀ ਫੌਂਟ ਡਾਊਨਲੋਡ ਮਾਰਦੇ ਆ। ਸਭ ਤੋਂ ਆਸਾਨ ਆਹ ਵੈਬਸਾਈਟ ਖੁੱਲ੍ਹ ਗਈ, ਇਹ ਫ੍ਰੀ ਫੌਂਟ ਵਾਲੀ ਵੈਬਸਾਈਟ ਹੈਗੀ ਹੈ। ਇੱਥੇ ਤੁਸੀਂ ਕਿਸੇ ਤਰ੍ਹਾਂ ਦਾ ਇਹ ਫੌਂਟ ਫ੍ਰੀ ਵਿੱਚ ਡਾਊਨਲੋਡ ਕਰ ਸਕਦੇ ਹੋ। ਆ ਸਾਰੇ ਇਹਨਾਂ ਦੇ ਲਿੰਕ ਦਿੱਤੇ ਹੋਏ ਨੇ ਇਸ ਐਡ ਵਿੱਚ, ਆ ਸਾਰੇ ਫੌਂਟ ਨੇ, ਕਿੰਨੇ ਲੋਕਾਂ ਨੇ ਕਿੰਨੀ ਵਾਰੀ ਡਾਊਨਲੋਡ ਕੀਤਾ ਜਾਂ ਕਿੰਨੀ ਵਾਰੀ ਸਰਚ ਮਾਰਿਆ, ਸਾਰਾ ਆਪਸ਼ਨ ਹੈਗਾ। ਹੁਣ ਇਹਨਾਂ ਵਿੱਚ ਮੈਂ ਤੁਹਾਨੂੰ ਦਿਖਾਉਂਦਾ ਵਾਂ ਆਹ ਹਿੰਦੀ ਵੈਲਕਮ ਚਨਕਿਆ ਦਾ ਫੌਂਟ ਵੀ ਲੋਕਾਂ ਨੇ ਬਹੁਤ ਡਾਊਨਲੋਡ ਮਾਰਿਆ ਹੋਇਆ ਹੈ, ਅਤੇ ਆਹ ਹਿੰਦੀ ਕੁੰਡਲੀ ਮੈਂ ਤੁਹਾਨੂੰ ਇੱਕ ਡਾਊਨਲੋਡ ਕਰਕੇ ਦਿਖਾਉਂਦਾ ਵਾਂ। ਆਹ ਹਿੰਦੀ ਕੁੰਡਲੀ ਵਿੱਚ ਆ ਸਾਰੇ ਆਪਸ਼ਨ ਨੇ, ਹਿੰਦੀ ਆ ਹਿੰਦੀ ਵਿੱਚ, ਇਹ ਹਿੰਦੀ ਦੇਵਨਾਗਰੀ, ਇਹ ਗੁਰਬਾਣੀ ਹਿੰਦੀ ਵਿੱਚ, ਇਹ ਅਨਮੋਲ ਹਿੰਦੀ, ਇਹ ਅਮਰ ਹਿੰਦੀ, ਅਤੇ ਇਹ ਮੰਗੋਰੀਆ ਹਿੰਦੀ। ਠੀਕ ਹੈ ਜੀ, ਹੁਣ ਇਹ ਨਾਲ ਹੀ ਆਪਸ਼ਨ ਡਾਊਨਲੋਡ ਦਾ, ਡਾਊਨਲੋਡ 'ਤੇ ਆਪਾਂ ਕਲਿੱਕ ਕਰਦੇ ਹਾਂ। ਬਹੁਤ ਸਾਰੇ ਯੂਜ਼ਰ ਕਹਿੰਦੇ ਸੀ ਕਿ ਫੌਂਟ ਫ੍ਰੀ 'ਚ ਕਿੱਥੋਂ ਡਾਊਨਲੋਡ ਹੋਣਗੇ। ਅੱਜ ਮੈਂ ਤੁਹਾਨੂੰ ਵੈਬਸਾਈਟਾਂ 'ਤੇ ਪੰਜ ਵੈਬਸਾਈਟਾਂ ਮੈਂ ਖੁਦ ਇੰਟਰਨੈਟ ਤੋਂ ਲੱਭੀਆਂ ਨੇ, ਜਿਹੜੀਆਂ ਫੌਂਟ ਦੀਆਂ ਸਪੈਸ਼ਲ ਫ੍ਰੀ ਵੈਬਸਾਈਟਾਂ ਨੇ। ਇੱਥੋਂ ਦੀ ਇਹਦਾ ਡਾਊਨਲੋਡ ਦਾ ਲਿੰਕ ਤੁਹਾਨੂੰ ਨੀਚੇ ਮਿਲ ਜਾਏਗਾ। ਮੈਂ ਤੁਹਾਨੂੰ ਪੂਰੀ ਵੈਬਸਾਈਟ ਵਿਖਾਉਂਦਾ ਵਾਂ ਜਿਹਦੇ 'ਚ ਸਾਰਾ ਇਹਦੇ ਦਿੱਤਾ ਹੈ ਵੀ ਕਿਹੜਾ ਕਿਵੇਂ ਕਿਵੇਂ ਪ੍ਰੋਸੀਜਰ ਹੈਗਾ ਸਾਰਾ ਇਹਦੇ ਵਿੱਚ। ਇਹ ਪੰਜਾਬੀ ਦੇ ਵਿੱਚ ਹੈਗਾ ਜਿਹੜਾ ਮੈਂ ਡਾਊਨਲੋਡ ਕੀਤਾ ਹੈ, ਹਿੰਦੀ ਪੰਜਾਬੀ, ਅਤੇ ਇਹ ਡਾਊਨਲੋਡ ਦਾ ਲਿੰਕ ਹੈ। ਇੱਥੇ ਕਲਿੱਕ ਨਹੀਂ ਕਰਨਾ ਤੁਸੀਂ, ਇਹਨਾਂ ਚੀਜ਼ਾਂ 'ਤੇ ਕਲਿੱਕ ਨਹੀਂ ਕਰਨਾ, ਇਹ ਨੀਚੇ ਇਹ ਛੋਟਾ ਜਿਹਾ ਲਿੰਕ ਦਿੱਤਾ ਹੁੰਦਾ, ਇੱਥੇ ਕਲਿੱਕ ਕਰਨਾ, ਤਾਂ ਹੀ ਤੁਹਾਡਾ ਫੌਂਟ ਡਾਊਨਲੋਡ ਹੋਏਗਾ। ਆਹ ਦੇਖੋ ਫੌਂਟ ਸਟਾਰਟ ਡਾਊਨਲੋਡ ਓਪਨ। ਹੁਣ ਤੁਹਾਨੂੰ ਇਹ ਖੋਲ੍ਹ ਕੇ ਵੀ ਵਿਖਾਉਂਦੇ ਹਾਂ ਅਤੇ ਇਹਨੂੰ ਇੰਸਟਾਲ ਕਰਕੇ ਵੀ ਵਿਖਾਉਂਦੇ ਹਾਂ ਵੀ ਇਹ ਸੋਫਟਵੇਅਰ ਕਿਹੜਾ ਨੀਚੇ ਆ ਗਿਆ ਹਿੰਦੀ। ਇਹਨੂੰ ਅਸੀਂ ਖੋਲ੍ਹਦੇ ਹਾਂ, ਉਸ ਤੋਂ ਬਾਅਦ ਇਹ ਹਿੰਦੀ ਸਿੱਖ ਵਰਕਸ਼ੀਪ, ਇਹ ਦੇਖੋ ਇਹ ਪੰਜਾਬੀ ਫੌਂਟ ਹੈ ਐਜ਼ ਏ ਹਿੰਦੀ ਟਾਈਪ। ਹੁਣ ਇਹਨੂੰ ਕੀ ਇੰਸਟਾਲ ਕਿਵੇਂ ਕਰਨਾ, ਬਿਲਕੁਲ ਸੌਖਾ ਹੈ। ਇਹਦੇ ਉੱਤੇ ਇੰਸਟਾਲ ਦਾ ਬਟਨ, ਇੱਥੇ ਕਲਿੱਕ ਕਰਨਾ ਹੈ ਅਤੇ ਇਹ ਤੁਹਾਡਾ ਫੌਂਟ ਇੰਸਟਾਲ ਹੋ ਗਿਆ। ਐਵੇਂ ਹੀ ਬਾਕੀ ਵੈਬਸਾਈਟਾਂ ਨੇ ਜਿਹੜੀ ਮੈਂ ਤੁਹਾਨੂੰ ਦਿਖਾ ਰਿਹਾ ਵਾਂ, ਇੱਕ ਇੱਕ ਕਰਕੇ ਸਾਰੀ ਵੈਬਸਾਈਟਾਂ ਖੋਲ੍ਹਾਂਗਾ ਅਤੇ ਕਿਵੇਂ ਚਲਾਉਣਾ ਮੈਂ ਦੱਸਾਂਗਾ। ਇਹ ਕਲੋਜ਼ ਕੀਤਾ, ਇਹਨੂੰ ਅਸੀਂ ਕਲੋਜ਼ ਕਰ ਦਿੰਦੇ ਹਾਂ। ਇੱਥੋਂ ਤੁਸੀਂ ਹੋਰ ਵੀ ਵੈਬਸਾਈਟਾਂ, ਮਤਲਬ ਹੋਰ ਵੀ ਫੌਂਟ, ਤੁਸੀਂ ਹਰ ਤਰ੍ਹਾਂ ਦੇ ਫੌਂਟ ਡਾਊਨਲੋਡ ਕਰ ਸਕਦੇ ਹੋ। ਕਿਸੇ ਤਰ੍ਹਾਂ ਦਾ ਵੀ ਕੋਈ ਫੌਂਟ ਚਾਹੀਦਾ ਤੁਹਾਨੂੰ, ਇੱਥੋਂ ਦੀ ਬਿਲਕੁਲ ਤੁਹਾਨੂੰ ਫ੍ਰੀ ਮਿਲੇਗਾ, ਜਿਵੇਂ CIDA F1 ਫੌਂਟ ਹੈਗੇ ਨੇ, ਬਹੁਤ ਸਾਰੇ ਫੌਂਟ ਨੇ, ਅਨਲਿਮਿਟਿਡ ਫੌਂਟ ਨੇ, ਵਧੀਆ ਵਧੀਆ ਡਿਜ਼ਾਇਨ ਵਾਲੇ ਆ, ਦੇਖੋ ਵਧੀਆ ਵਧੀਆ ਡਿਜ਼ਾਇਨ ਵਾਲੇ ਸਾਰੇ ਫੌਂਟ ਨੇ। ਇਹਨੂੰ ਤੁਸੀਂ ਕਿਸੇ ਥਾਂ 'ਤੇ ਕਿਸੇ ਤਰੀਕੇ ਨਾਲ ਡਾਊਨਲੋਡ ਕਰ ਸਕਦੇ ਹੋ। ਇੱਕ ਤਾਂ ਆਹ ਹੋ ਗਿਆ, ਹੁਣ ਦੂਜਾ ਹੈ ਆਹ ਵਾਲਾ www.allforfree.com ਫੌਂਟ। ਇਹਨੂੰ ਤੁਸੀਂ ਸਿੱਧਾ ਹੀ ਉੱਪਰ ਲਿੰਕ 'ਤੇ ਪੇਸਟ ਕਰ ਦਿਓ। ਇਹਦੀ ਲਿਸਟ ਮੈਂ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਦੇ ਦਿਆਂਗਾ, ਵੀਡੀਓ ਦੇ ਲਾਸਟ ਵਿੱਚ ਤੁਸੀਂ ਜਾ ਕੇ ਵੇਖ ਸਕਦੇ ਹੋ ਵੀਡੀਓ ਡਿਸਕ੍ਰਿਪਸ਼ਨ ਦੇ ਵਿੱਚ। ਲਓ ਜੀ, ਦੂਜੀ ਸਾਈਟ ਹੈਗੀ allforfree.font। ਇਹਦੇ ਵਿੱਚ ਤੁਸੀਂ ਦੇਖੋਗੇ ਆ ABCD ਦਿੱਤਾ ਹੋਇਆ ਹੈ ਐਲਫਾਬੈਟ ਸਾਈਜ਼ ਹਿਸਾਬ ਨਾਲ, ਜਿਵੇਂ ਹੁਣ ਮੈਂ A 'ਤੇ ਕਲਿੱਕ ਕੀਤਾ ਅਤੇ A ਨਾਲ ਰਿਲੇਟਡ ਸਾਰੇ ਫੌਂਟ ਆ ਜਾਣਗੇ। ਆ ਦੇਖੋ ਜੀ, ਇਹਨਾਂ ਦਾ ਡਿਜ਼ਾਇਨ ਵੇਖੋ। ਹੁਣ ਇਹਨਾਂ ਨੂੰ ਕਿਵੇਂ ਡਾਊਨਲੋਡ ਕਰਨਾ ਹੈ, ਇਹਦੇ ਵਿੱਚ ਤੁਹਾਨੂੰ ਦਿਖਾਉਂਦਾ ਵਾਂ ਇਹ ਵਾਲਾ ਫੌਂਟ ਮੈਂ ਡਾਊਨਲੋਡ ਕਰਨਾ, ਇਹ ਸਕ੍ਰਿਪਟ, ਇਹ ਨੀਚੇ ਲਿਖਿਆ ਇਨਫੋਰਮੇਸ਼ਨ ਐਂਡ ਡਾਊਨਲੋਡ, ਇੱਥੇ ਆਪਾਂ ਕਲਿੱਕ ਕਰਨਾ ਹੈ। ਹੁਣ ਸਿੱਧਾ ਹੀ ਆ ਆਪਸ਼ਨ ਆ ਗਿਆ ਡਾਊਨਲੋਡ ਨਾਓ ਦਾ, ਇੱਥੇ ਆਪਾਂ ਕਲਿੱਕ ਕਰਨਾ ਹੈ, ਨਾਲ ਸਾਈਜ਼ ਦਿੱਤਾ ਹੋਇਆ ਇਹਦਾ, ਅਤੇ ਤੁਹਾਡੇ ਸਾਹਮਣੇ ਆਪਸ਼ਨ ਆ ਗਿਆ ਡਾਊਨਲੋਡ ਦਾ। ਠੀਕ ਹੈ, ਇਹਨੂੰ ਤੁਸੀਂ ਡਾਊਨਲੋਡ ਕਰ ਸਕਦੇ ਹੋ। ਇਹਨੂੰ ਖੋਲ੍ਹੋ, ਉਸ ਤੋਂ ਬਾਅਦ ਓਪਨ। ਹਰ ਇੱਕ ਫੌਂਟ ਜਿਪ ਫਾਈਲ ਦੇ ਵਿੱਚ ਹੁੰਦਾ ਹੈ, ਕੰਪਰੈਸਡ ਫਾਈਲ 'ਚ ਹੁੰਦਾ ਹੈ, ਡਬਲ ਕਲਿੱਕ ਕਰੋ, ਆ ਇਹ ਫੌਂਟ ਜਿਹੜਾ ਆਪਾਂ ਡਾਊਨਲੋਡ ਕੀਤਾ ਹੈ। ਉਸ ਤੋਂ ਬਾਅਦ ਇਹਨੂੰ ਇੰਸਟਾਲ ਕਰ ਦਿਓ। ਠੀਕ ਹੈ ਜੀ, ਇਹ ਆਪਾਂ ਕੀਤਾ ਕਲੋਜ਼, ਇਹਨੂੰ ਕੀਤਾ ਮਿਨੀਮਾਈਜ਼। ਹੁਣ ਤੀਜੀ ਵੈਬਸਾਈਟ ਵੀ ਆਪਾਂ ਖੋਲ੍ਹ ਕੇ ਚੈੱਕ ਕਰ ਲੈਂਦੇ ਹਾਂ। ਤੀਜੀ ਵੈਬਸਾਈਟ ਹੈਗੀ ਹੈ ਜੀ fontfrack.com। ਇਹਨੂੰ ਖੋਲ੍ਹਿਆ, ਇਹਨੂੰ ਪੇਸਟ ਕਰਤਾ, ਤਾਂ ਜੀ ਵੈਬਸਾਈਟ ਖੁੱਲ੍ਹ ਰਹੀ ਹੈ। ਇਹ ਵੈਬਸਾਈਟ ਦੇ ਵਿੱਚ ਤੁਸੀਂ ਵਧੀਆ ਲੋਗੋ ਵਾਲੇ ਫੌਂਟ ਡਾਊਨਲੋਡ ਕਰ ਸਕਦੇ ਹੋ। ਹੁਣ ਜਿਵੇਂ ਦੇਖੋ ਡਾਰਕ ਲੈਸ,
ਡਿਸਕ ਸਕ੍ਰਿਪਟ, ਇਹ ਜਿਹੜੇ ਫੋਂਟ ਨੇ ਇਹ ਹੈਗੇ ਨੇ ਜ਼ਿਆਦਾਤਰ ਵੀਡੀਓ ਐਡੀਟਿੰਗ ਦੇ ਵਿੱਚ ਫੋਂਟ ਵਰਤੇ ਜਾਂਦੇ ਨੇ। ਇਹਨਾਂ ਦੇ ਸਿੰਪਲ ਇਹ ਇੱਥੇ ਕਲਿੱਕ ਹੇਅਰ ਕਰੋ ਅਤੇ ਸਿੱਧਾ ਹੀ ਡਾਊਨਲੋਡ ਦਾ ਆਪਸ਼ਨ ਆ ਜਾਂਦਾ ਹੈ। ਦੇਖੋ ਡਾਊਨਲੋਡ ਲਿੰਕ 'ਤੇ ਤੁਸੀਂ ਕਲਿੱਕ ਕਰ ਸਕਦੇ ਹੋ ਜੇ ਡਾਊਨਲੋਡ ਚਾਲੂ ਨਹੀਂ ਹੋਈ ਤਾਂ। ਡਾਊਨਲੋਡ ਲਿੰਕ 'ਤੇ ਆਪਾਂ ਕਲਿੱਕ ਕਰਦੇ ਹਾਂ। ਨੀਚੇ ਡਾਊਨਲੋਡ ਹੋ ਗਿਆ ਜੀ। ਉਸ ਤੋਂ ਬਾਅਦ ਇਹਨੂੰ ਵੀ ਉਵੇਂ ਹੀ ਖੋਲ੍ਹੋ ਅਤੇ ਇੰਸਟਾਲ ਕਰ ਲਓ। ਇਸ ਤੋਂ ਇਲਾਵਾ ਲਾਸਟ ਜਿਹੜੀ ਵੈਬਸਾਈਟ ਹੈਗੀ ਹੈ ਤੁਹਾਨੂੰ ਵਿਖਾ ਦਿੰਦੇ ਹਾਂ, ਇਹ ਇੰਸਟਾਲ ਕਰ ਦਿੰਦੇ ਆਪਾਂ। ਲਾਸਟ ਵੈਬਸਾਈਟ ਹੈਗੀ ਹੈ ਜੀ 1001 ਫ੍ਰੀ ਫੋਂਟ, ਇਹਨੂੰ ਵੀ ਉਵੇਂ ਹੀ ਖੋਲ੍ਹਣਾ ਹੈ, ਪੇਸਟ ਕਰਨਾ ਹੈ ਆਪਣੇ ਬਰਾਊਜ਼ਰ ਵਿੱਚ ਅਤੇ ਰਨ ਕਰ ਦੇਣਾ ਹੈ। ਇਹਦੇ ਵਿੱਚ ਵੀ ਤੁਹਾਨੂੰ 3D ਲਾਈਨ ਫੋਂਟ, ਬਹੁਤ ਸਾਰੇ ਇਹਦੇ 'ਚ ਫੋਂਟਾਂ ਦਾ ਕਲੈਕਸ਼ਨ ਹੈਗਾ। ਜਿਸ ਤਰ੍ਹਾਂ ਆਹ ਵੱਡੇ ਵੱਡੇ ਫੋਂਟ ਵੀ ਹੈਗੇ ਨੇ, ਛੋਟੇ ਮੋਟੇ ਫੋਂਟ ਵੀ ਹੈਗੇ ਨੇ। ਹੁਣ ਮੈਂ ਇਹ ਫੋਂਟ ਗ੍ਰੇਟ ਵਿਪਸ ਦਾ ਡਾਊਨਲੋਡ ਕਰਕੇ ਤੁਹਾਨੂੰ ਵਿਖਾਉਂਦਾ ਵਾਂ। ਲਓ ਜੀ ਇਹ ਵੀ ਸਿੱਧਾ ਹੀ ਡਾਊਨਲੋਡ ਹੋ ਜਾਂਦਾ ਨੀਚੇ। ਕਿੰਨਾ ਮਿੰਟ ਲੱਗਦੇ ਨੇ ਫ੍ਰੀ ਫੋਨ ਡਾਊਨਲੋਡ ਬਣਨ 'ਚ? ਆਪਾਂ ਐਵੇਂ ਰਿਕੁਐਸਟ ਕਰਦੇ ਰਹੇ ਸਾਨੂੰ ਕੋਈ ਫ੍ਰੀ ਫੋਨ ਦੇਵੇ। ਤੁਹਾਨੂੰ ਮੈਂ 5 ਵੈਬਸਾਈਟਾਂ ਕੱਢ ਕੇ ਦੇ ਦਿੱਤੀਆਂ ਨੇ, ਆਪਣੀ ਮਰਜ਼ੀ ਨਾਲ ਜਿਹੜਾ ਮਰਜ਼ੀ ਫੋਂਟ ਦੇਖ ਕੇ ਡਾਊਨਲੋਡ ਕਰ ਸਕਦੇ ਹੋ। ਇਹ ਹੈ ਫ੍ਰੀ ਫੋਨ ਸਿੱਖ .com, ਇਹ ਜਿਹੜੀ ਵੈਬਸਾਈਟ ਹੈ ਇਹਦੇ 'ਚ ਤੁਹਾਨੂੰ ਜ਼ਿਆਦਾਤਰ ਫੋਂਟ ਪੇਡ ਮਿਲਣਗੇ, ਮਤਲਬ ਪੇ ਕਰਕੇ। ਇਹਦੇ 'ਚ ਜ਼ਿਆਦਾਤਰ ਫੋਂਟ ਪੇਡ ਨੇ, 7000 ਦੇ 55000 ਟੋਟਲ ਫੋਂਟ ਨੇ ਅਤੇ 7000 ਦੇ ਕਰੀਬ ਆਪਣੇ ਕਮਰਸ਼ੀਅਲ ਫੋਂਟ ਹੁੰਦੇ ਨੇ। ਤੁਹਾਨੂੰ ਦਿਖਾ ਦੇਣਾ 55000 ਦੀ ਲਿਸਟ ਲਿਖੀ ਹੋਈ ਹੈ। ਇਹਦੇ ਵਿੱਚ ਤੁਸੀਂ ਕੋਈ ਵੀ ਫੋਂਟ 'ਤੇ ਕਲਿੱਕ ਕਰੋਗੇ ਉਹਦੇ ਅੱਗੇ ਡਿਟੇਲ ਆ ਜਾਏਗੀ, ਔਰ ਨੀਚੇ ਉਹਦਾ ਰੇਟ ਲਿਖਿਆ ਆ ਜਾਏਗਾ। ਜਿਸ ਤਰ੍ਹਾਂ ਇਹ ਦੇਖੋ ਵਿੱਚ ਕਈ ਹੈਗੇ ਨੇ ਜਿਹੜੇ ਫ੍ਰੀ ਨੇ, ਅਤੇ ਇਹਦੇ ਤੁਸੀਂ ਡਾਊਨਲੋਡ ਕਰਕੇ ਵੇਖ ਸਕਦੇ। ਵੈਸੇ ਇਹ ਵੈਬਸਾਈਟ ਮੈਨੂੰ ਖਾਸ ਵਧੀਆ ਨਹੀਂ ਲੱਗੀ ਕਿਉਂਕਿ ਪੇਡ ਵੈਬਸਾਈਟ ਹੈ। ਤੋ ਇਸ ਵੀਡੀਓ 'ਚ ਬਸ ਇੰਨਾ ਹੀ। ਮੇਰੇ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਮੈਂ ਹੋਰ ਵਧੀਆ ਵੀਡੀਓ ਬਣਾ ਸਕਾਂ। ਤਦ ਤੱਕ ਵਾਸਤੇ ਧੰਨਵਾਦ।